ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਇੰਡ ਕੋਚ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ P SSS ਦੁਆਰਾ ਇੱਕ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ 2024 ਦਾ। ਇਹ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਐਗਜ਼ਾਮ ਡੇਟ 3/3/2024 ਦੇ ਲਈ ਇਹ ਇੱਕ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ। ਇਸ ਦੀ ਇੱਕ ਨਿਊਜ਼ ਜਿਹੜੀ ਹੈਗੀ ਆ ਉਹ ਵਾਇਰਲ ਹੋਈ, ਜਿਸ ਦੇ ਕਾਰਨ ਇਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਕਿ ਇਹ ਨਿਊਜ਼ ਜੋ ਹੈ ਉਹ ਫੇਕ ਹੈ ਜਾਂ ਰੀਅਲ ਹੈ। ਤੋ ਇਸ ਚੀਜ਼ ਨੂੰ ਲੈ ਕੇ P SSS ਨੇ ਇੱਕ ਨੋਟਿਸ ਜਿਹੜਾ ਹੈਗਾ ਉਹ ਜਾਰੀ ਕੀਤਾ ਹੈ। ਤੋ ਕੀ ਹੈ ਇਹ ਨੋਟੀਫਿਕੇਸ਼ਨ, ਚੱਲਦੇ ਹਾਂ ਆਪਾਂ ਇਸ ਦੀ ਨੋਟੀਫਿਕੇਸ਼ਨ 'ਤੇ। ਤੋ ਬੋਰਡ ਦੁਆਰਾ ਇੱਕ ਨੋਟਿਸ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਗਿਆ ਹੈਗਾ। ਤੋ ਇਹ ਕੀ ਹੈ ਨੋਟਿਸ, ਉਸਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਬੋਰਡ ਦੇ ਧਿਆਨ ਵਿੱਚ ਆਇਆ ਹੈ ਕਿ ਇਸ਼ਤਿਹਾਰ ਨੰਬਰ 4/2022 ਰਾਹੀਂ ਪ੍ਰਕਾਸ਼ਿਤ ਗ੍ਰਾਮ ਸੇਵਕ ਵੀਡੀਓ ਦੀਆਂ 792 ਅਸਾਮੀਆਂ ਦਾ ਲਿਖਤੀ ਪੇਪਰ ਮਿਤੀ 3/3/2024 ਨੂੰ ਹੋਣ ਸੰਬੰਧੀ ਇੱਕ ਪੱਤਰ ਇੰਟਰਨੈਟ, ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਸਰਕੂਲੇਟ ਹੋ ਰਿਹਾ ਹੈ ਜੋ ਕਿ ਫੇਕ ਹੈ। ਬੋਰਡ ਵੱਲੋਂ ਅਜਿਹੇ ਝੂਠੇ ਜਾਲੀ ਨੋਟਿਸ ਭੇਜਣ ਵਾਲੇ, ਸ਼ੇਅਰ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਪਰੋਕਤ ਤੋਂ ਇਲਾਵਾ ਸਮੂਹ ਉਮੀਦਵਾਰਾਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਮੀਦਵਾਰ ਕੇਵਲ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਜਨਤਕ ਨੋਟਸਾਂ ਨੂੰ ਹੀ ਧਿਆਨ ਵਿੱਚ ਲਿਆਉਣ। ਇੰਟਰਨੈਟ, ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਸਿੱਧੇ ਤੌਰ 'ਤੇ ਪ੍ਰਾਪਤ ਜਨਤਕ ਨੋਟਸਾਂ ਨੂੰ ਮੰਨਣ ਤੋਂ ਪਹਿਲਾਂ ਉਹਨਾਂ ਦੀ ਪੁਸ਼ਟੀ ਬੋਰਡ ਦੀ ਵੈਬਸਾਈਟ ਤੋਂ ਜ਼ਰੂਰ ਕਰ ਲਈ ਜਾਵੇ। ਤੋ ਇਹ ਇੱਕ ਨੋਟੀਫਿਕੇਸ਼ਨ ਇਹਨਾਂ ਨੇ ਰਿਲੀਜ਼ ਕੀਤਾ P SSS ਨੇ, ਜਿਸ ਦੇ ਵਿੱਚ ਇਹਨਾਂ ਨੇ ਜੋ ਨਿਊਜ਼ ਆਈ ਹੈ 3/3/2024 ਨੂੰ ਵੀਡੀਓ ਦੇ ਇਗਜ਼ਾਮ ਦੀ, ਉਸਨੂੰ ਫੇਕ ਜਿਹੜਾ ਹੈਗਾ ਉਹ ਦੱਸਿਆ ਗਿਆ ਹੈ। ਅਗਰ ਆਪਾਂ ਮਤਲਬ ਨਿਊਜ਼ ਦੀ ਗੱਲ ਕਰੀਏ ਜੋ ਵਾਇਰਲ ਹੋ ਰਿਹਾ ਹੈ ਉਸਦੀ, ਅਗਰ ਆਪਾਂ ਗੱਲ ਕਰੀਏ ਨਿਊਜ਼ ਦੀ, ਤੋ ਇਹ ਇੱਕ ਜਿਹੜਾ ਹੈਗਾ ਉਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੇ 792 ਪੋਸਟਾਂ ਦੇ ਲਈ 3/3/2024 ਦੀ ਡੇਟ ਜਿਹੜੀ ਹੈਗੀ ਉਹ ਮੈਂਸ਼ਨ ਕੀਤੀ ਹੋਈ ਹੈ। ਲੇਕਿਨ ਇਹ ਜੋ ਨਿਊਜ਼ ਹੈ ਬਿਲਕੁਲ ਫੇਕ ਨਿਊਜ਼ ਜਿਹੜੀ ਹੈਗੀ ਉਹ ਦੱਸੀ ਜਾ ਰਹੀ ਹੈ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੋ ਥੈਂਕ ਯੂ।